ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਕਪੂਰਥਲਾ ਦੇ ਸਿਵਲ ਹਸਪਤਾਲ ਦੇ ਵਿੱਚ ਉਦੋਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ 3 ਹਵਾਲਾਤੀਆਂ ਨੂੰ ਜੇਲ੍ਹ ਦੇ ਵਿੱਚੋਂ ਕਾਰਡ ਇਲਾਜ ਵਾਸਤੇ ਲੈ ਕੇ ਆਏ ਹੋਏ ਸਨ ਅਤੇ 4 ਦਹਿਸ਼ਤਗਰਦ 2 ਬੁਲੇਟ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਦੇਸੀ ਕੱਟੇ ਹੱਥ ਵਿੱਚ ਲੈ ਕੇ 3-4 ਰਾਊਂਡ ਹਵਾਈ ਫਾਇਰਿੰਗ ਕਰਦਿਆਂ ਹੋਇਆਂ ਹਸਪਤਾਲ ਵਿੱਚ ਦਾਖਲ ਹੋਏ ਅਤੇ ਗਾਰਡ ਨੂੰ ਗਨ ਪੁਆਇੰਟ ਉੱਤੇ ਲੈ 17 ਅਪਰਾਧਿਕ ਮਾਮਲਿਆਂ ਵਿੱਚ ਦੋਸ਼ੀ ਹਰਭੇਜ ਸਿੰਘ ਭੇਜਾ ਪੁੱਤਰ ਸੁਲਿੰਦਰ ਸਿੰਘ ਪਿੰਡ ਸੁਲਤਾਨਵਿੰਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਜੋ ਉਸ ਨੂੰ ਛੁਡਾ ਕੇ ਬੁਲੇਟ ਮੋਟਰਸਾਈਕਲ ਉੱਤੇ ਲੈ ਫਰਾਰ ਹੋ ਗਏ। ਪਰ 3 ਹੋਰ ਅਪਰਾਧੀ ਜੋ ਅਲੱਗ ਮੋਟਰਸਾਈਕਲ ਉੱਤੇ ਸੀ ਉੱਥੋਂ ਭੱਜਣ ਲੱਗਿਆ ਉਹਨਾਂ ਦਾ ਮੋਟਰਸਾਈਕਲ ਸਕੇਟ ਕਰ ਗਿਆ ਅਤੇ ਉਹ ਉੱਥੇ ਹੀ ਡਿੱਗ ਗਏ। ਡਿੱਗਣ ਬਾਅਦ ਸਾਹਮਣੇ ਵਾਲੀ ਗਲੀ ਦੇ ਵਿੱਚ ਉਹ ਭੱਜ ਖੜੇ ਹੋਏ, ਜਿਸ ਤੋਂ ਬਾਅਦ ਬੜੀ ਹੀ ਦਲੇਰੀ ਦੇ ਨਾਲ ਜੇਲ੍ਹ ਗਾਰਡ ਤਜਿੰਦਰ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਹਨਾਂ ਦਾ ਬਹਾਦਰੀ ਦੇ ਨਾਲ ਪਿੱਛਾ ਕੀਤਾ। ਗੁੰਡੇ ਲਗਾਤਾਰ ਉਹਨਾਂ ਉੱਤੇ ਫਾਇਰਿੰਗ ਵੀ ਕਰਦੇ ਰਹੇ ਦੇਸੀ ਕੱਟਿਆਂ ਦੇ ਨਾਲ, ਜੋ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ। ਕੁਝ ਸਮੇਂ ਬਾਅਦ ਤਜਿੰਦਰ ਸਿੰਘ ਨੇ ਬੜੀ ਬਹਾਦਰੀ ਦੇ ਨਾਲ ਕਪੂਰਥਲਾ ਦੇ ਦਲੇਰ ਤੇ ਸੀਨੀਅਰ ਕਾਂਗਰਸ ਨੇਤਾ ਚਰਨਜੀਤ ਹੰਸ ਦੇ ਸਹਿਯੋਗ ਦੇ ਨਾਲ ਇੱਕ ਗੁੰਡੇ ਨੂੰ ਧਰ ਦਬੋਚਿਆ, ਜਿਸ ਦੇ ਕੋਲੋਂ ਦੇਸੀ ਕੱਟਾ ਅਤੇ ਕਾਰਤੂਸ ਵੀ ਬਰਾਮਦ ਹੋਏ। ਦੂਜੇ ਨੂੰ ਕਾਂਸਟੇਬਲ ਮੇਜਰ ਸਿੰਘ ਨੇ ਇਲਾਕਾ ਨਿਵਾਸੀਆਂ ਦੇ ਨਾਲ ਮਿਲ ਕੇ ਬੜੀ ਹੀ ਬਹਾਦਰੀ ਦੇ ਨਾਲ ਕਾਬੂ ਕੀਤਾ। ਤੀਸਰੇ ਵਿਅਕਤੀ ਨੇ ਪਹਿਲਾਂ ਤਾਂ ਇੱਕ ਸਕੂਟੀ ਸਵਾਰ ਔਰਤ ਨੂੰ ਗਨ ਪੁਆਇੰਟ ਤੇ ਲਿੱਤਾ ਅਤੇ ਉਸਦੀ ਸਕੂਟੀ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਸਦੀ ਜਦੋਂ ਸਕੂਟੀ ਸਟਾਰਟ ਨਹੀਂ ਹੋਈ ਤਾਂ ਇੱਕ ਬਜ਼ੁਰਗ ਤੋਂ ਉਸਦੀ ਐਕਟਿਵਾ ਹੋ ਕੇ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ। ਜਿਸ ਤੋਂ ਬਾਅਦ ਕਪੂਰਥਲਾ ਪੁਲਿਸ ਨੇ ਸਾਰੇ ਪਾਸੇ ਹਾਈ ਅਲਰਟ ਕਰ ਦਿੱਤਾ ਹੈ ਅਤੇ ਕੜੀ ਨਾਕੇਬੰਦੀ ਕਰਕੇ ਹਰ ਕਿਸੇ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਦੇ ਹੱਥੇ ਚੜੇ 2 ਮੁਲਜ਼ਮਾਂ ਤੋਂ ਕੜੀ ਪੁੱਛਗਿੱਛ ਤੋਂ ਬਾਅਦ ਕਪੂਰਥਲਾ ਦੇ SSP ਸਤਵਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ। ਆਓ ਪਹਿਲਾਂ ਜਾਣਦੇ ਹਾਂ ਕਿ ਆਖਿਰ ਇਸ ਸਾਰੇ ਮਸਲੇ ਦੇ ਉੱਤੇ ਕੀ ਕਿਹਾ SSP ਕਪੂਰਥਲਾ ਨੇ। ਸਿੰਘ ਸਾਹਿਬ, ਕੀ ਇਹ ਸਾਰੀ ਘਟਨਾ ਸੀ ਔਰ ਕੀ ਬਰੀਫ ਹੈਗਾ, ਕਿਸ ਤਰ੍ਹਾਂ ਜਿਹੜੇ ਆਰੋਪੀ ਨੇ ਫੜੇ ਗਏ? ਅੱਜ ਸਿਵਲ ਹੋਸਪਿਟਲ ਵਿਖੇ ਮਾਡਲ ਜੇਲ੍ਹ ਤੋਂ ਉਹਨਾਂ ਦੀ ਗਾਰਡ 3 ਮੁਲਾਜ਼ਮਾਂ ਨੂੰ ਜਿਹੜੇ ਉੱਥੇ ਹਵਾਲਾਤੀ ਸੀ ਉਹਨਾਂ ਨੂੰ ਮੈਡੀਕਲ ਚੈੱਕਅਪ ਵੀ ਲੈ ਕੇ ਆਏ ਸੀ। ਜਦੋਂ ਉਹਨਾਂ ਦਾ ਮੈਡੀਕਲ ਚੈੱਕਅਪ ਕਰਾ ਰਹੇ ਸੀ, ਉਹਨਾਂ 'ਚੋਂ ਇੱਕ ਹਵਾਲਾਤੀ ਹਰਭੇਜ ਸਿੰਘ ਭੇਜਿਆ, ਇਹਨੂੰ ਪੁਲਿਸ ਹਿਰਾਸਤ 'ਚੋਂ ਛੁਡਾ ਲਈ। ਅਚਾਨਕ 4 ਵਿਅਕਤੀ ਅੰਦਰ ਆਏ ਔਰ ਉਹਨਾਂ ਨੇ ਹਵਾ 'ਚ ਫਾਇਰ ਕੀਤੇ, ਫਾਇਰ ਕਰਕੇ ਇਹਨੂੰ ਛੁਡਾ ਕੇ ਉਹ ਲੈ ਗਏ। ਜਦੋਂ ਬਾਹਰ ਉਹ ਭੱਜ ਰਹੇ ਸੀ ਤਾਂ ਉਸ ਗਾਰਡ 'ਚੋਂ ਹੀ ਸਾਡੇ ਮੁਲਾਜ਼ਮਾਂ ਨੇ ਬਹਾਦਰੀ ਨਾਲ ਉਹਦਾ ਪਿੱਛਾ ਕੀਤਾ ਔਰ ਇੱਕ ਮੋਟਰਸਾਈਕਲ 'ਤੇ ਜਿਹੜੇ ਜਾ ਰਹੇ ਸੀ ਉਹਨਾਂ ਨੂੰ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ। ਇੰਨੀ ਦੇਰ 'ਚ ਹੀ ਸਾਡੇ ਸਿਟੀ ਤੋਂ ਵੀ ਸਾਡੇ ਪੁਲਿਸ ਮੁਲਾਜ਼ਮ ਉੱਥੇ ਪਹੁੰਚ ਗਏ ਔਰ ਇਹਨਾਂ ਨੇ ਰਲ ਕੇ ਉਹ ਜਿਹੜੇ 2 ਮੁਲਜ਼ਮ ਭੱਜ ਰਹੇ ਸੀ ਡਿੱਗੇ ਉਹਨਾਂ ਦਾ ਪਿੱਛਾ ਕੀਤਾ। ਪਿੱਛਾ ਕਰਕੇ ਦੋਨੋਂ ਜਿਹੜੇ ਮੁਲਜ਼ਮ ਸੀਗੇ ਇਹ ਗਲੀਆਂ 'ਚ ਚਲੇ ਗਏ। ਅੱਗਿਓਂ ਫਿਰ ਪਬਲਿਕ ਨੇ ਸਾਨੂੰ ਸਹਿਯੋਗ ਕੀਤਾ, ਜਿੰਨਾ ਘਰਾਂ 'ਚ ਵੜੇ ਸੀ ਉਹ ਪਬਲਿਕ ਨੇ ਸਾਨੂੰ ਦੱਸਿਆ, ਪਬਲਿਕ ਨੇ ਸਾਡੀ ਮਦਦ ਕੀਤੀ ਨਾਲ ਫਿਰ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਗਿਆ। ਜਦੋਂ ਪੁਲਿਸ ਮੁਲਾਜ਼ਮ ਇਹਨਾਂ ਦਾ ਪਿੱਛਾ ਕਰ ਰਹੇ ਸੀ ਤਾਂ ਇਹਨਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਫਾਇਰ ਵੀ ਕੀਤੇ, ਪਰ ਆਪਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪੁਲਿਸ ਮੁਲਾਜ਼ਮਾਂ ਨੇ ਇਹਨਾਂ ਦਾ ਪਿੱਛਾ ਨਹੀਂ ਛੱਡਿਆ ਅਤੇ ਅੱਗੇ ਜਾ ਕੇ ਇਹਨਾਂ ਨੂੰ ਫੜ ਲਿਆ। ਇਹਨੂੰ ਹਰਭੇਜ ਸਿੰਘ ਭੇਜਿਆ ਨੂੰ ਛਡਾਉਣ ਲਈ ਟੋਟਲ 5 ਮੁਲਜ਼ਮ ਆਏ ਸੀਗੇ, 5 'ਚੋਂ 2 ਮੁਲਜ਼ਮ ਅਰੈਸਟ ਹੋ ਗਏ ਆ ਅਤੇ ਬਾਕੀਆਂ ਨੂੰ ਵੀ ਅਸੀਂ ਹੁਣ ਕਿਉਂਕਿ ਸਾਰੇ ਟਰੇਸ ਹੋ ਗਏ ਆ, ਸਾਰਿਆਂ ਕੌਣ ਕੌਣ ਇਹਦੇ 'ਚ ਮੁਲਜ਼ਮ ਸੀ, ਕੌਣ ਕੌਣ ਇਨਵੋਲਵ ਸੀ, ਸਾਰੀ
ਇਹਨਾਂ ਦੀ ਹੋਸਪਿਟਲਿਸੀ ਦਾ ਸਾਰੀ ਮੈਡੀਕਲ ਥਿਊਰੀ ਦਾ ਪਤਾ ਲੱਗ ਚੁੱਕਾ ਆ ਔਰ ਬਾਕੀ ਸਾਰਿਆਂ ਨੂੰ ਵੀ ਅਸੀਂ ਛੇਤੀ ਫੜ ਲਾਂਗੇ। ਬਰਾਮਦਗੀਆਂ ਕੀ ਨੇ? ਬਰਾਮਦਗੀ ਇਹਨਾਂ 'ਚ ਇੱਕ 32 ਬੋਰ ਦਾ ਰਿਵਾਲਵਰ ਆ, ਨਾਲ ਗੋਲੀਆਂ ਆ, ਹੋਲ ਆ 4, ਟੋਟਲ 7-8 ਫਾਇਰ ਉਸ ਮੁਲਜ਼ਮਾਂ ਵੱਲੋਂ ਕੀਤੇ ਗਏ ਆ ਔਰ ਇਹਨਾਂ ਤੋਂ ਮੋਬਾਈਲ ਫੋਨ ਵੀ ਰਿਕਵਰ ਹੋਇਆ, ਇੱਕ ਸਪਲੈਂਡਰ ਮੋਟਰਸਾਈਕਲ ਵੀ ਰਿਕਵਰ ਹੋਇਆ। ਉਹ ਅਸੀਂ ਅੰਮ੍ਰਿਤਸਰ ਉੱਥੇ ਉਹਦੀ ਇਨਫੋਰਮੇਸ਼ਨ ਸਾਰੀ ਕਲੈਕਟ ਕਰ ਰਹੇ ਹਾਂ ਕਿ ਇਹ ਚੋਰੀ ਦਾ ਆ ਜਾਂ ਖੋਇਆ ਹੋਇਆ ਕਿਸ ਤਰੀਕੇ ਦਾ। ਇਹ ਜਿੰਨੇ ਵੀ ਆਰੋਪੀ ਨੇ ਸਰ, ਇਹਨਾਂ ਦਾ ਕ੍ਰਿਮੀਨਲ ਪ੍ਰੋਫਾਈਲ ਕੀ ਹੈ? ਕ੍ਰਿਮੀਨਲ ਪ੍ਰੋਫਾਈਲ, ਜਿਹੜੇ 2 ਮੁਲਜ਼ਮ ਅਸੀਂ ਅਰੈਸਟ ਕੀਤੇ ਆ, ਇਹਨਾਂ 'ਚੋਂ ਇੱਕ ਮੁਲਜ਼ਮ ਦਾ ਨਾਂ ਸਰਵਨ ਸਿੰਘ ਹੈ। ਇਹ ਜਿਹੜਾ ਦੋਸ਼ੀ ਇਹਨੂੰ ਭਜਾਉਣ, ਜਿਹੜਾ ਦੋਸ਼ੀ ਭੱਜਿਆ ਆ, ਇਹਦਾ ਇਹ ਸਕਾ ਬ੍ਰਦਰ ਲਾਅ ਦੀ ਵਾਈਫ ਦਾ ਭਰਾ ਆ ਔਰ ਇਹਨੂੰ ਇੱਥੇ 302 ਦਾ ਮੁਕੱਦਮਾ ਦਰਜ ਆ, ਪੀ ਓ ਆ 302 ਦੇ ਵਿੱਚ। ਦੂਸਰੇ ਦੇ ਖਿਲਾਫ਼ ਵੀ ਲੜਾਈ ਚੱਲੇ ਦਾ ਪਰਚਾ ਦਰਜ। ਹਰਪ੍ਰੀਤ ਸਿੰਘ ਦਾ? ਹਰਪ੍ਰੀਤ ਸਿੰਘ ਦੇ ਖਿਲਾਫ਼ ਤਕਰੀਬਨ 16-17 ਮੁਕੱਦਮੇ ਦਰਜ ਆ ਔਰ ਇੱਕ ਕਤਲ ਦਾ ਮੁਕੱਦਮਾ ਆ, ਬਾਕੀ ਲੜਾਈ ਝਗੜੇ ਦੇ ਮੁਕੱਦਮੇ ਆ ਔਰ ਲੁੱਟਾ ਖੋਹਾਂ ਦੇ ਮੁਕੱਦਮੇ ਦੇ ਖਿਲਾਫ਼। ਪੁਲਿਸ ਮੁਲਾਜ਼ਮ ਦੇ ਕਿਸੇ ਬੇਟੀ ਦੀ ਵੀ ਸ਼ਮੂਲੀਅਤ ਹੈ? ਹਾਂਜੀ, ਅਸੀਂ ਇਹਦੇ 'ਚ ਇੱਕ ਪੁਲਿਸ ਮੁਲਾਜ਼ਮ ਦਾ ਲੜਕਾ ਵੀ ਹੈ ਜਿਹੜਾ ਇੱਥੇ ਦੋਸ਼ੀ ਇਹਨਾਂ ਨੂੰ ਛਡਾਉਣ ਆਇਆ ਸੀਗਾ, ਉਹ ਵੀ ਉਹਦੇ ਵਿੱਚ। ਇਸ ਘਟਨਾ 'ਚ ਕੁਛ ਸਵਾਲੀਆ ਨਿਸ਼ਾਨ ਨੇ, ਜਿਸ ਤਰ੍ਹਾਂ ਇਹ ਇਹਨਾਂ ਪੇਸ਼ੇਵਰ ਕ੍ਰਿਮੀਨਲ ਸੀ, ਇਹਨੂੰ ਗਾਰਦ ਘੱਟ ਲੱਗੀ ਉੱਥੇ ਪਹੁੰਚਣਾ, ਕਨੈਕਟੀਵਿਟੀ ਮੋਬਾਈਲਸ ਤੇ ਸੀ, ਰਸਤੇ ਚੈੱਕ ਨਾ ਹੋਣਾ। ਉਸ ਸੰਬੰਧੀ ਮੇਰੀ ਸੁਪਰਿੰਟ ਜੇਲ ਉਹਨਾਂ ਨਾਲ ਗੱਲ ਹੋ ਗਈ, ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਔਰ ਅਸੀਂ ਲਿਖ ਕੇ ਵੀ ਭੇਜ ਰਹੇ ਹਾਂ ਵੀ ਇਹਦੀ ਪ੍ਰੋਪਰ ਤਹਿਕੀਕਾਤ ਕੀਤੀ ਜਾਵੇ ਵੀ ਕੀ ਇਹ ਜਾਣ ਬੁੱਝ ਕੇ ਉੱਥੋਂ ਕਿਸੇ ਵੱਲੋਂ ਇਹ ਹੋਇਆ ਕਿ 3 ਮੁਲਜ਼ਮ ਔਰ 3 ਗਾਰਡ ਵਾਲੇ ਆ ਰਹੇ ਆ, ਅਤੇ ਇਹਦਾ ਸਾਰੀ ਅਸੀਂ ਪ੍ਰੋਪਰ ਤਹਿਕੀਕਾਤ ਕਰਾਂਗੇ ਔਰ ਜੇ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ਼ ਵੀ ਅਸੀਂ ਪ੍ਰੋਪਰ ਐਕਸ਼ਨ ਲਵਾਂਗੇ। ਆਖਰੀ ਸਵਾਲ ਹੈ ਜੀ, ਇਹਦੇ ਵਿੱਚ ਇਸ ਇੰਸੀਡੈਂਟ ਵਿੱਚ ਸੋਸਾਇਟੀ ਔਰ ਡਿਪਾਰਟਮੈਂਟ ਦੇ ਕੁਛ ਅਧਿਕਾਰੀਆਂ ਨੇ ਬਹੁਤ ਅੱਛਾ ਰੋਲ ਅਦਾ ਕੀਤਾ? ਹਾਂਜੀ, ਮੇਰੇ ਸਾਡੇ ਪੁਲਿਸ ਡਿਪਾਰਟਮੈਂਟ ਦੇ ਜਵਾਨਾਂ ਨੇ ਇਹਦੇ 'ਚ ਬਹੁਤ ਹੀ ਜ਼ਿਆਦਾ ਬਹਾਦਰੀ ਨਾਲ, ਸਾਨੂੰ ਮਾਣ ਆ ਪੰਜਾਬ ਪੁਲਿਸ 'ਤੇ ਔਰ ਮੈਂ ਮਾਨਯੋਗ BJP ਸਾਹਿਬ ਨੂੰ ਰਿਕੁਐਸਟ ਕੀਤੀ ਆ, ਉਹਨਾਂ ਨੇ ਵੀ ਬੜੀ ਖੁਸ਼ੀ ਨਾਲ ਅਸੈਪਟ ਕੀਤਾ ਵੀ ਇਹਨਾਂ ਨੂੰ ਅਸੀਂ ਯੋਜਨਾ ਦਾ ਬਣਦਾ ਇਨਾਮ ਦੇਵਾਂਗੇ ਔਰ ਜਿਹੜੇ ਸਾਡੇ ਪਬਲਿਕ ਦੇ ਸਾਥੀ ਆ, ਮੈਂ ਤੁਹਾਡੇ ਰਾਹੀਂ ਉਹਨਾਂ ਤੱਕ ਇਹ ਉਹਨਾਂ ਦਾ ਥੈਂਕਸ ਕਰਦਾ ਹਾਂ ਔਰ ਮੈਂ ਇਹੀ ਚਾਹੂੰਗਾ ਵੀ ਅੱਗੇ ਤੋਂ ਵੀ ਪਬਲਿਕ ਸਾਨੂੰ ਸਹਿਯੋਗ ਦੇਵੇ ਤਾਂ ਕਿ ਅਸੀਂ ਸ਼ਰਾਰਤੀ ਅੰਸਰਾਂ 'ਤੇ ਕਾਬੂ ਪਾ ਸਕੀਏ ਔਰ ਅਸੀਂ ਉਹਨਾਂ ਨੂੰ ਵੀ ਉਹਨਾਂ ਦਾ ਬਣਦਾ ਸਨਮਾਨ ਜ਼ਰੂਰ ਕਰਾਂਗੇ। ਸਰ, ਅੰਮ੍ਰਿਤਸਰ ਤੋਂ ਅਸਲਾ ਲੈ ਕੇ ਆ ਰਹੇ ਆ, ਇੰਨੀ ਦੂਰ ਦੇ ਰਸਤੇ ਕਿਸੇ ਨੇ ਕੋਈ ਚੈੱਕ ਨਹੀਂ ਕੀਤਾ ਜੀ ਇਹਨਾਂ ਨੂੰ? ਉਹਨੇ ਸਾਰੀਆਂ ਜਿਹੜੀਆਂ ਚੀਜ਼ਾਂ, ਇਹਨਾਂ ਨੇ ਕਿਹੜਾ ਰੂਟ ਅਪਣਾਇਆ, ਕਿੱਧਰ ਦੀ ਆਇਆ, ਕਿ ਸਟੇਟ ਰੂਟ ਤੋਂ ਆਇਆ ਜਾਂ ਕਿੱਧਰ ਦੀ, ਇਹ ਸਾਰੀ ਚੀਜ਼ ਉਹ ਅਸੀਂ ਸਾਰਾ ਹੁਣ ਇਹਦੇ 'ਚ ਮੈਸੇਜ ਲੱਗਿਆ। ਠੀਕ ਹੈ, ਹੁਣ ਇੱਕ ਨਜ਼ਰ ਮਾਰਦੇ ਹਾਂ ਕਿ ਕਾਂਗਰਸ ਦੇ ਸੀਨੀਅਰ ਨੇਤਾ ਚਰਨਜੀਤ ਹੰਸ ਨੇ ਇਸ ਸਾਰੇ ਮਸਲੇ ਦੇ ਵਿੱਚ ਕੀ ਕਿਹਾ। ਕੀ ਨਾਮ ਹੈ ਜੀ ਆਪਣਾ? ਚਰਨਜੀਤ ਹੰਸ ਜੀ। ਚਰਨਜੀਤ, ਕੀ ਗੱਲ, ਕੀ ਹੋਈ ਸੀ ਅੱਜ? ਅੱਜ ਮੈਂ ਲਗਭਗ 1.5-2 ਦੇ ਕਰੀਬ ਮੈਂ ਪੈਟਰੋਲ ਪੰਪ, ਜਿਹੜਾ ਸਿਵਲ ਸੱਦ ਲੱਗੇ ਪੈਟਰੋਲ ਪੰਪ ਆ, ਮੈਂ ਉੱਥੇ ਪੈਟਰੋਲ ਪਵਾ ਰਿਹਾ ਸੀ ਅਤੇ ਅਚਾਨਕ 3 ਆਦਮੀ ਜਿਹੜੇ ਆ ਭੱਜੇ ਆ ਰਹੇ ਸੀਗੇ ਪੈਦਲ, ਉਹ ਲੰਡਨ ਹੋਟਲ ਵੱਲ ਨੂੰ ਇੱਧਰ ਨੂੰ ਮੁੜੇ ਅਤੇ ਉਹ ਜਦੋਂ ਮੁੜੇ ਮੈਂ ਉਸ ਵੇਲੇ 100 ਨੰਬਰ 'ਤੇ ਕਾਲ ਵੀ ਕੀਤੀ ਪੁਲਿਸ ਨੂੰ ਕਿ ਇਹ ਸ਼ਹਿਰ ਦੇ ਵਿੱਚ ਗੋਲੀਆਂ ਤਾਬੜ ਤੋੜ ਗੋਲੀਆਂ ਚਲਾ ਰਹੇ ਬੰਦੇ ਕੁਛ, ਅਤੇ ਉਹ ਇੱਧਰ ਨੂੰ ਨੰਗੇ ਔਰੇਂਜ ਟੀ ਸ਼ਰਟ ਵਾਲਾ ਜਿਹੜਾ ਬੰਦਾ ਜਿਹਦੇ ਹੱਥ ਪਿਸਟਲ ਸੀਗੀ, ਅਤੇ ਮੈਂ ਕਿਹਾ ਪੁਲਿਸ ਨੂੰ ਫੋਨ ਕੀਤਾ, DSP ਸਾਹਿਬ ਨੇ ਮੇਰਾ ਫੋਨ ਨਹੀਂ ਚੱਕਿਆ, ਮੈਂ ਕਾਫੀ ਚਿਰ ਫੋਨ ਕਰਦਾ ਰਿਹਾ ਉਹਨਾਂ ਨੂੰ ਅਤੇ ਮੈਂ ਮਗਰ ਸਕੂਟਰੀ ਲੈ ਕੇ ਮਗਰ ਭੱਜਿਆ ਅਤੇ ਇੱਕ ਮੁਲਾਜ਼ਮ ਭੱਜ ਰਿਹਾ ਸੀ ਮਗਰ, ਉਹਨੇ ਪਹਾੜੀਆਂ ਗੁਰਦੁਆਰਾ ਲਾ ਕੇ ਜਾ ਕੇ ਉੱਥੇ ਇੱਕ ਜਿਹੜਾ ਮੁਜਰਮ ਸੀਗਾ ਉਹਨੂੰ ਕਾਬੂ ਕਰ ਲਿਆ। ਕਾਬੂ ਕਰਨ ਤੋਂ ਬਾਅਦ ਮੈਂ ਵੀ ਉਹਦੇ ਨਾਲ ਪਹੁੰਚ ਗਿਆ, ਮੈਂ ਫੜ ਜਾ ਕੇ ਜੱਫਾ ਪਾਇਆ ਬੰਦੇ ਨੂੰ, ਅਤੇ ਉਹ ਜਿਹੜਾ ਮੁਜਰਮ ਸੀਗਾ ਉਹ ਭੱਜਣ ਦੀ ਬੜੀ ਕੋਸ਼ਿਸ਼ ਕਰ ਰਿਹਾ ਸੀ, ਪਿਸਤਲ ਜਿਹੜਾ ਆ ਉਹਦੇ ਹੱਥ 'ਚ ਪਿਸਤਲ 'ਚ ਕੱਟਾ ਸੀਗਾ ਜਿਹੜਾ, ਉਹ ਇੱਕ ਮੁਲਾਜ਼ਮ ਨੇ ਜਿਹੜਾ ਮਗਰ ਭੱਜ ਰਿਹਾ ਸੀ ਉਹਨੇ ਫੜ ਲਿਆ, ਫੜ ਕੇ ਉਹਨੇ ਜੇਲ੍ਹ 'ਚ ਪਾ ਲਿਆ, ਅਤੇ ਉੱਥੋਂ ਬਾਅਦ ਜਿਹੜਾ ਆ ਉਸ ਮੁਲਾਜ਼ਮ ਨੂੰ ਅਸੀਂ ਮੋਟਰਸਾਈਕਲ ਜਿਹੜਾ ਦੋਸ਼ੀ ਨੂੰ ਜਿਹੜਾ ਮੁਜਰਮ ਸੀਗਾ ਉਹਨੂੰ ਬਿਠਾ ਗਿਆ ਸੀ ਇਹ ਮੋਟਰਸਾਈਕਲ 'ਤੇ, ਥਾਣਾ ਸਿਟੀ ਛੱਡ ਕੇ ਆਏ ਹਾਂ ਅੱਜ, ਅਤੇ ਬੜੀ ਵੱਡੀ ਇੱਕ ਗੁੰਡਾਗਰਦੀ ਦਾ ਜਿਹੜਾ ਸੰਦੇਸ਼ ਆ ਕਿ ਸ਼ਹਿਰ ਦੇ ਵਿੱਚ ਇੱਡਾ ਵੱਡੀ ਗੁੰਡਾਗਰਦੀ ਜਿਹੜੀ ਆ, ਜਦੋਂ ਦੇ ਕਪੂਰਥਲੇ ਦੇ ਵਿੱਚ SSP ਇੱਦਾਂ ਦੇ ਆਏ ਆ
ਤੇ ਜਿਹੜਾ ਕਿ ਸ਼ਹਿਰ ਵਿੱਚ ਗੁੰਡਾਗਰਦੀ ਇੰਨੀ ਹੱਦ ਤੱਕ ਵੱਧ ਚੁੱਕੀ ਆ ਕਿ ਜਿਹੜੀ ਕਿ ਇਸ ਵੇਲੇ ਕੋਈ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਨਾਕਾਮੀ ਸਾਬਤ ਹੋ ਰਹੀ ਆ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਆ ਮੈਂ ਦੇਖ ਰਿਹਾ, ਕਿਉਂਕਿ ਮੈਂ ਬਾਰ ਬਾਰ ਡੀ ਐਸ ਪੀ ਸਾਹਿਬ ਨੂੰ ਫੋਨ ਕਰਨ ਦੇ ਬਾਵਜੂਦ ਵੀ 100 ਨੰਬਰ ਤੇ ਕਾਲ ਕਰਨ ਦੇ ਬਾਵਜੂਦ ਪੁਲਿਸ ਜਿਹੜੀ ਆ ਲਗਭਗ 15 ਮਿੰਟ ਦੇ ਖੇਲ ਦੇ ਵਿੱਚ ਉੱਥੇ ਮੈਂ ਕਿਹਾ ਅਰਫ ਵਾਲੇ ਮਹੱਲੇ ਜਿਹੜੇ ਮੁਜਰਮ ਭੱਜੇ ਆ ਤੇ ਉਹ ਮੈਂ ਜਿਹੜਾ ਆ ਉਹ ਉੱਥੇ ਪੁਲਿਸ ਨੂੰ ਫੋਨਤਾ, ਪੁਲਿਸ ਪਹੁੰਚੀ ਨਹੀਂ ਸੀ ਉਸ ਵੇਲੇ ਕੋਈ ਵੀ, ਇੱਕ ਮੇਜਰ ਸਿੰਘ ਜੀ ਥਾਣਾ ਸਿਟੀ ਤੋਂ ਇੱਕ ਮੁਲਾਜ਼ਮ ਪਹੁੰਚਿਆ ਉਸ ਵੇਲੇ ਮੋਗੇ ਦੇ ਜਦੋਂ ਮੈਂ ਦੇਖਿਆ ਤੇ ਉਹ ਸੀ ਜਿਹੜਾ ਮੁਜਰਮ ਆ ਇੱਕ ਮੁਜਰਮ ਜਿਹੜਾ ਥਾਣਾ ਸਿਟੀ ਸੀ ਹਵਾਲੇ ਕੀਤਾ ਜਾਵੇ। ਗੁਰਪਿਆਰੇ ਕਪੂਰਥਲਾ ਦੇ ਵਿੱਚ ਆਏ ਦਿਨ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ, ਗੁੰਡਿਆਂ ਵੱਲੋਂ ਆਏ ਦਿਨ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਾਂਦਾ ਹੈ, ਪੁਲਿਸ ਦੇ ਉੱਤੇ ਵੱਡੇ ਸਵਾਲ ਚੱਕੇ ਜਾਂਦੇ ਨੇ। ਚਾਹੇ ਇਸ ਮਾਮਲੇ ਦੇ ਵਿੱਚ ਕੁਝ ਹੱਦ ਤੱਕ ਪੁਲਿਸ ਕਾਮਯਾਬ ਹੋਈ ਹੈ, ਪਰ ਚੋਣਾਂ ਦੇ ਚੱਲਦਿਆਂ ਜਦੋਂ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਤਾਂ ਸੋਚਣ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਤੋਂ ਕਪੂਰਥਲਾ ਹਥਿਆਰਾਂ ਦੇ ਨਾਲ ਕਿੱਦਾਂ ਇਹ ਮੁਲਜ਼ਮ ਆਏ। ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ 3 ਅਪਰਾਧੀਆਂ ਨੂੰ ਜੇਕਰ ਸਿਵਲ ਹਸਪਤਾਲ ਵਿੱਚ ਇਲਾਜ ਵਾਸਤੇ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਉਹਨਾਂ ਦੇ ਨਾਲ ਸਿਕਿਉਰਿਟੀ ਘੱਟ ਕਿਉਂ ਸੀ, ਅਤੇ ਇਹ ਇਨਫੋਰਮੇਸ਼ਨ ਕਿ 3 ਅਪਰਾਧੀਆਂ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਲੈ ਕੇ ਆਂਦਾ ਜਾ ਰਿਹਾ ਹੈ, ਇਹ ਹਵਾਲਾਤੀਆਂ ਦੇ ਜਾਣਕਾਰਾਂ ਤੱਕ ਕਿੱਦਾਂ ਪਹੁੰਚੀ, ਇਹ ਸਾਰੀਆਂ ਗੱਲਾਂ ਜੇਲ੍ਹ ਵਿੱਚ ਚੱਲ ਰਹੇ ਮੋਬਾਈਲ ਨੈਟਵਰਕ ਦੀ ਪੋਲ ਖੋਲਦੀਆਂ ਨਜ਼ਰ ਆਉਂਦੀਆਂ ਨੇ। ਪਰ ਹੁਣ ਵੇਖਣਾ ਇਹ ਹੋਵੇਗਾ ਕਿ ਕਪੂਰਥਲਾ ਪੁਲਿਸ ਇਸ ਦੇ ਉੱਤੇ ਅੱਗੇ ਕੀ ਐਕਸ਼ਨ ਲੈਂਦੀ ਹੈ, ਕਿਉਂਕਿ ਚੋਣਾਂ ਦੇ ਚੱਲਦਿਆਂ ਅਜਿਹੇ ਗੁੰਡਾ ਅਨਸਰ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਗੁਰਬਾਣੀ ਅਖੰਡ ਬਾਣੀ ਵਾਸਤੇ ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਅੱਛਾ, ਕੀ ਨਾਮ ਹੈ ਜੀ ਆਪਣਾ? ਚਰਨਜੀਤ ਸਿੰਘ ਜੀ। ਚਰਨਜੀਤ, ਕੀ ਗੱਲ ਕੀ ਹੋਈ ਸੀ ਅੱਜ? ਅੱਜ ਮੈਂ ਲਗਭਗ 1:30-2 ਦੇ ਕਰੀਬ ਮੈਂ ਪੈਟਰੋਲ ਪੰਪ ਜਿਹੜਾ ਸਿਵਲ ਸੱਦ ਲੱਗੇ ਪੈਟਰੋਲ ਪੰਪ ਆ, ਮੈਂ ਉੱਥੇ ਪੈਟਰੋਲ ਪਵਾ ਰਿਹਾ ਸੀ ਤੇ ਅਚਾਨਕ 3 ਆਦਮੀ ਜਿਹੜੇ ਆ ਭੱਜੇ ਆ ਰਹੇ ਸੀਗੇ ਪੈਦਲ, ਉਹ ਲੰਡਨ ਹੋਟਲ ਵੱਲ ਨੂੰ ਇੱਧਰ ਨੂੰ ਮੁੜੇ ਤੇ ਉਹ ਜਦੋਂ ਮੁੜੇ ਮੈਂ ਉਸ ਵੇਲੇ 100 ਨੰਬਰ ਤੇ ਕਾਲ ਵੀ ਕੀਤੀ ਪੁਲਿਸ ਨੂੰ ਕਿ ਇਹ ਸ਼ਹਿਰ ਦੇ ਵਿੱਚ ਗੋਲੀਆਂ ਤਾਬੜ ਤੋੜ ਗੋਲੀਆਂ ਚਲਾ ਰਹੇ ਬੰਦੇ ਕੁਛ, ਤੇ ਉਹ ਇੱਧਰ ਨੂੰ ਨੰਗੇ ਔਰੇਂਜ ਟੀ ਸ਼ਰਟ ਵਾਲਾ ਜਿਹੜਾ ਬੰਦਾ ਜਿਹਦੇ ਹੱਥ ਪਿਸਟਲ ਸੀਗੀ, ਤੇ ਮੈਂ ਕਿਹਾ ਪੁਲਿਸ ਨੂੰ ਫੋਨ ਕੀਤਾ, ਡੀ ਐਸ ਪੀ ਸਾਹਿਬ ਨੇ ਮੇਰਾ ਫੋਨ ਨਹੀਂ ਚੱਕਿਆ, ਮੈਂ ਕਾਫੀ ਚਿਰ ਫੋਨ ਕਰਦਾ ਰਿਹਾ ਉਹਨਾਂ ਨੂੰ ਤੇ ਮੈਂ ਮਗਰ ਸਕੂਟਰੀ ਲੈ ਕੇ ਮਗਰ ਭੱਜਿਆ ਤੇ ਇੱਕ ਮੁਲਾਜ਼ਮ ਭੱਜ ਰਿਹਾ ਸੀ ਮਗਰ, ਉਹਨੇ ਪਹਾੜੀਆਂ ਗੁਰਦੁਆਰੇ ਲਾ ਕੇ ਜਾ ਕੇ ਉੱਥੇ ਇੱਕ ਜਿਹੜਾ ਮੁਜਰਮ ਸੀਗਾ ਉਹਨੂੰ ਕਾਬੂ ਕਰ ਲਿਆ। ਕਾਬੂ ਕਰਨ ਤੋਂ ਬਾਅਦ ਮੈਂ ਵੀ ਉਹਦੇ ਨਾਲ ਪਹੁੰਚ ਗਿਆ, ਮੈਂ ਫੜ ਜਾ ਕੇ ਜੱਫਾ ਪਾਇਆ ਬੰਦੇ ਨੂੰ, ਤੇ ਉਹ ਜਿਹੜਾ ਮੁਜਰਮ ਸੀਗਾ ਉਹ ਭੱਜਣ ਦੀ ਬੜੀ ਕੋਸ਼ਿਸ਼ ਕਰ ਰਿਹਾ ਸੀ, ਪਿਸਤਲ ਜਿਹੜਾ ਆ ਉਹਦੇ ਹੱਥ 'ਚ ਪਿਸਤਲ ਸੀ ਕੱਟਾ ਸੀਗਾ ਜਿਹੜਾ, ਉਹ ਇੱਕ ਮੁਲਾਜ਼ਮ ਨੇ ਜਿਹੜਾ ਮਗਰ ਭੱਜ ਰਿਹਾ ਸੀ ਉਹਨੇ ਫੜ ਲਿਆ, ਫੜ ਕੇ ਉਹਨੇ ਜੇਲ੍ਹ 'ਚ ਪਾ ਲਿਆ, ਤੇ ਉੱਥੋਂ ਬਾਅਦ ਜਿਹੜਾ ਆ ਉਸ ਮੁਲਾਜ਼ਮ ਨੂੰ ਸੀ ਮੋਟਰਸਾਈਕਲ ਜਿਹੜਾ ਦੋਸ਼ੀ ਨੂੰ ਜਿਹੜਾ ਮੁਜਰਮ ਸੀਗਾ ਉਹਨੂੰ ਬਿਠਾ ਗਿਆ ਸੀ ਇਹ ਮੋਟਰਸਾਈਕਲ 'ਤੇ ਥਾਣਾ ਸਿਟੀ ਛੱਡ ਕੇ ਆਏ ਆ ਅੱਜ, ਤੇ ਬੜੀ ਵੱਡੀ ਗੁੰਡਾਗਰਦੀ ਦਾ ਜਿਹੜਾ ਸੰਦੇਸ਼ ਆ ਕਿ ਸ਼ਹਿਰ ਦੇ ਵਿੱਚ ਇੱਡਾ ਵੱਡੀ ਗੁੰਡਾਗਰਦੀ ਜਿਹੜੀ ਆ ਜਦੋਂ ਦੇ ਕਪੂਰਥਲੇ ਦੇ ਵਿੱਚ ਐਸ ਐਸ ਪੀ ਇੱਦਾਂ ਦੇ ਆਏ ਆ, ਤੇ ਜਿਹੜਾ ਕਿ ਸ਼ਹਿਰ ਵਿੱਚ ਗੁੰਡਾਗਰਦੀ ਇੰਨੀ ਹੱਦ ਤੱਕ ਵੱਧ ਚੁੱਕੀ ਆ ਕਿ ਜਿਹੜੀ ਕਿ ਇਸ ਵੇਲੇ ਕੋਈ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਨਾਕਾਮੀ ਸਾਬਤ ਹੋ ਰਹੀ ਆ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਆ ਮੈਂ ਦੇਖ ਰਿਹਾ, ਕਿਉਂਕਿ ਮੈਂ ਬਾਰ ਬਾਰ ਡੀ ਐਸ ਪੀ ਸਾਹਿਬ ਨੂੰ ਫੋਨ ਕਰਨ ਦੇ ਬਾਵਜੂਦ ਵੀ 100 ਨੰਬਰ ਤੇ ਕਾਲ ਕਰਨ ਦੇ ਬਾਵਜੂਦ ਪੁਲਿਸ ਜਿਹੜੀ ਆ ਲਗਭਗ 15 ਮਿੰਟ ਦੇ ਖੇਲ ਦੇ ਵਿੱਚ ਉੱਥੇ ਮੈਂ ਕਿਹਾ ਅਰਫ ਵਾਲੇ ਮਹੱਲੇ ਜਿਹੜੇ ਮੁਜਰਮ ਭੱਜੇ ਆ ਤੇ ਉਹ ਮੈਂ ਜਿਹੜਾ ਆ ਉਹ ਉੱਥੇ ਪੁਲਿਸ ਨੂੰ ਫੋਨਤਾ, ਪੁਲਿਸ ਪਹੁੰਚੀ ਨਹੀਂ ਸੀ ਉਸ ਵੇਲੇ ਕੋਈ ਵੀ, ਇੱਕ ਮੇਜਰ ਸਿੰਘ ਜੀ ਥਾਣਾ ਸਿਟੀ ਤੋਂ ਇੱਕ ਮੁਲਾਜ਼ਮ ਪਹੁੰਚਿਆ ਉਸ ਵੇਲੇ ਮੋਗੇ ਦੇ ਜਦੋਂ ਮੈਂ ਦੇਖਿਆ ਤੇ ਉਹ ਸੀ ਜਿਹੜਾ ਮੁਜਰਮ ਆ ਇੱਕ ਮੁਜਰਮ ਜਿਹੜਾ ਥਾਣਾ ਸਿਟੀ ਸੀ ਹਵਾਲੇ ਕੀਤਾ ਜਾਵੇ।